ਇਹਨੂੰ ਟਰੈਕਟਰ ਨੂੰ ਕਿੰਨੇ ਸਾਲ ਹੋ ਗਏ ਜੀ? ਬਾਈ 40 ਸਾਲ ਹੋ ਗਏ। ਤੁਹਾਡੀ ਤਾਂ ਉਮਰ ਹੀ ਬਹੁਤ ਥੋੜੀ ਫਿਰ ਇਹ ਬਜ਼ੁਰਗਾਂ ਦਾ ਲਿਆਂਦਾ ਜੀ। ਅੱਛਾ, ਨਿਸ਼ਾਨੀ ਰੱਖੀ ਬੈਠੇ ਆ। ਨਿਸ਼ਾਨੀ ਰੱਖੀ ਤੇ ਵੈਸੇ ਤੁਹਾਡਾ ਮੇਰਾ ਖਿਆਲ ਉਹ ਟਰੈਕਟਰ ਦੂਜਾ ਹੋਰ ਰੱਖਿਆ ਖੇਤੀ ਨੂੰ, ਇਹ ਬਸ ਇਹ ਸ਼ੌਂਕ ਵਜੋਂ ਰੱਖਿਆ ਹੋਇਆ। ਸ਼ੌਂਕ ਵਜੋਂ ਰੱਖਿਆ ਹੋਇਆ ਜੀ। ਠੀਕ ਹੈ ਠੀਕ। ਕਮਾਈ ਕੋਈ ਵਿਚਾਰੇ ਬਹੁਤ ਕਮਾਈ। ਇਹ 335 ਹੈ ਨਾ? 335 ਮਾਡਲ ਹੈ। ਹੁਣ ਤਾਂ ਵਿਚਾਰੇ ਦੇ ਅੱਖਰ ਉੱਖਰ ਜੇ ਵੀ ਆਵੇ ਢਏ ਪਏ ਆ। ਅੱਖਰ ਤਾਂ ਰੰਗ ਰੰਗ ਵੀ ਸਾਰਾ, ਪਰ ਤੁਹਾਡਾ ਓਰਿਜਨਲ ਹੈ ਨਾ, ਰੰਗ ਰੰਗ ਨੀ ਕਰਾਇਆ ਜਮਾ ਹੀ। ਤੇ ਕੰਮ ਨੂੰ ਕਿਵੇਂ ਇਹ? ਕੰਮ ਨੂੰ ਬਹੁਤ ਵਧੀਆ ਪਾਣਾ ਜੀ। ਨੌ ਹਲ ਪਾ ਕੇ ਜਿੱਥੇ ਮਰਜ਼ੀ ਦੱਬੀ ਇੱਕ ਦਿਨ ਨੀਗਾ ਤੇਲ ਤੂਲ ਘਟਾਉਂਦਾ ਗਾ। ਅੱਛਾ, ਸਾਡਾ ਇੰਜਣ ਦਾ ਕਿਰਾਇਆ ਵਾ ਸਾਰਾ ਮੇਰਾ। ਅੱਛਾ ਅੱਛਾ, ਟੂਰ ਮੇਰੇ ਪਵਾਏ ਵੀ ਹਿੱਸੇ ਦਾ ਵੀ ਕੰਮ ਹੋਇਆ ਵਾ। ਅੱਛਾ ਅੱਛਾ ਅੱਛਾ, ਤੇ ਹੁਣ ਰੰਗ ਰੰਗ ਓਰਿਜਨਲ ਆ ਜਾਣਗੇ, ਰੰਗ ਨੀ ਕਰਾਇਆ? ਰੰਗ ਨੀ ਕਰਾਇਆ ਜੀ। ਵਧੀਆ ਟਰੈਕਟਰ ਹੈ ਤੇ ਗੇਅਰ ਕਿੰਨੇ ਆ ਇਹਦੇ? ਹਾਂ, ਗੇਅਰ ਕਿੰਨੇ ਆ? ਚੌਥਾ ਢਾਬਾ ਜੀ। ਹੈ ਚੌਥਾ ਢਾਬਾ? ਚੌਥਾ ਕਿ ਤਿੰਨ ਹੈ? ਤੀਜਾ ਢਾਬਾ ਤਿੰਨ ਹੈ। ਹਾਂ ਜੀ, ਤੇ ਉਹਦੇ ਤਿੰਨ ਕ ਗੇਅਰ ਹੀ ਆਉਂਦੇ ਜੀ ਟਰੈਕਟਰਾਂ ਦੇ। ਠੀਕ ਹੈ ਠੀਕ ਹੈ ਠੀਕ ਹੈ। 70 ਮਾਡਲ ਹੈ ਜੀ। ਅੱਛਾ ਅੱਛਾ ਅੱਛਾ, ਤੇ ਤੇਲ ਤੂਲ ਕੱਦੂ ਕੱਦੂ ਵੀ ਕਰੀਦਾ ਇਹਦੇ ਨਾਲ ਜੀ? ਨਹੀਂ, ਤੇਲ ਕਿੰਨਾ ਕ ਖਾਂਦਾ ਇਹ? ਤਾਂ ਸੂਤੀ ਖਾਂਦਾ, ਹਿਸਾਬ ਹੀ ਖਾਂਦਾ, ਇੰਨਾ ਬਾਹਲਾ ਨਹੀਂ ਖਾਂਦਾ। ਨਹੀਂ, ਜਿਵੇਂ ਹੁਣ ਅੱਜ ਕੱਲ ਦੇ ਟਰੈਕਟਰ ਆਉਂਦੇ ਆ, ਮਤਲਬ DI ਟਰੈਕਟਰ ਆਉਂਦੇ ਆ, ਫਰਕ ਵਾ ਜਾਂ ਘੱਟ ਖਾਂਦਾ? ਘੱਟ ਖਾਂਦਾ ਹਾਂਜੀ। ਹਾਲਾਂਕਿ ਪੁਰਾਣੇ ਟਰੈਕਟਰ ਪਹਿਲਾਂ ਤੇਲ ਵੱਧ ਖਾਂਦੇ ਸੀ, ਹੁਣ DI ਤਕਨੀਕ ਆ ਗਈ, ਹੁਣ ਘੱਟ ਖਾਂਦੇ ਆ। ਘੱਟ ਖਾਂਦੇ, ਸਿਲੰਡਰ ਦੋ ਆ ਨਾ ਫਿਰ। ਸਿਲੰਡਰ ਦੋ ਆ? ਨਹੀਂ, ਮਤਲਬ ਜਿਵੇਂ ਹੁਣ ਆਪਾਂ ਕਿੱਲਾ ਪੈਲੀ ਦਾ ਵਾਹੁੰਦੇ ਆ, ਉਹਦੇ ਹਿਸਾਬ ਨਾਲ ਤਾਂ ਫਿਰ ਦੂਜਿਆਂ ਦੇ ਹਿਸਾਬ ਨਾਲ ਘੱਟ ਖਾਂਦਾ ਕਿੱਲੇ ਮਗਰ ਕੇ? ਘੱਟ ਖਾਂਦੇ। ਐਵੇਂ ਵੀ ਘੱਟ ਖਾਂਦਾ? ਘੱਟ ਖਾਂਦਾ। ਸ਼ਾਨਦਾਰ ਹੈ, ਸੋਹਣਾ ਲੱਗਦਾ ਟਰੈਕਟਰ। ਸ਼ੋ ਵੇਖੀਏ ਤੇ ਇਹਦੀਆਂ ਦੇਖ ਕਿੰਨਾ ਸੋਹਣਾ ਲੱਗਦਾ। ਤੇ ਮੇਰਾ ਖਿਆਲ ਆ ਇੱਥੇ ਪਿੰਡ ਚ ਹੋਰ ਤਾਂ ਕਿਸੇ ਕੋਲ ਹੈ ਨੀ? ਹੋਰ ਹੈ ਨੀਗਾ ਕਿਸੇ, ਮਾਣੂ ਕੀ ਹੈਗਾ ਕੀ ਇਹਦੇ ਨਾਲ? ਅੱਛਾ, ਮਾਣੂ ਕੀ ਹੈਗਾ, ਮਤਲਬ ਇੱਥੇ ਆਪਣੇ ਤਾਂ ਤੁਹਾਡੇ ਕੋਲ ਹੀ ਆ ਬਸ? ਸਾਡੇ ਕੋਲ ਹੀ ਆ। ਸ਼ੌਂਕ ਨਹੀਂ ਰੱਖਿਆ? ਸੈਲਫ ਸਟਾਰਟ ਆ ਹੀ, ਬੈਟਰੀ ਤਾਂ ਲਾਉਂਦੇ ਹੀ ਨੀਗੇ। ਅੱਛਾ ਅੱਛਾ। ਆ ਕਦੇ ਲਾ ਲੂ ਲਈਦੀ ਆ, ਜਦੋਂ ਬੈਟਰੀ ਚਾਰਜ ਚੂਰਜ ਕਰਨੀ ਹੋਵੇ ਘਰੇ ਲਾ ਦੇਈਦੀ ਆ ਫਿਰ। ਅੱਛਾ, ਸੈਲਫ ਸਟਾਰਟ ਆ, ਮਾੜੇ ਨਾ ਸਟਾਰਟ। ਤੇ ਹੋਰ ਕੰਮ ਤੁਸੀਂ ਇਹ ਤੋਂ ਟਰਾਲੀ ਟਰੂਲੀ ਦਾ ਲੈਂਦੇ ਹੋ? ਟਰਾਲੀ ਦਾ ਕੰਮ ਲੈਂਦੇ ਜੀ ਹਾਂ। ਟਰਾਲੀ ਨੂੰ ਕਿਵੇਂ ਹੈ? ਟਰਾਲੀ ਨੂੰ ਵਧੀਆ, ਟਰਾਲੀ ਨੂੰ ਪੂਰਾ ਤਕੜਾ ਟਰਾਲੀ ਨੂੰ ਦੂਜੇ ਯਾਰ ਬਾਡੀ ਦੀ ਕਣਕ ਦੀ ਭਰੀ ਵੀ ਹੋਵੇ ਹਾਂ, ਤੇ ਮੋਵੀ ਨਾਲ ਲੈ ਜਾਂਦਾ ਕੱਢ ਕੇ ਬਾਹਰ। ਤੇਈ ਤੇ ਜਿਵੇਂ ਮਿੱਟੀ ਮੁੱਟੀ ਦੀ ਟਰਾਲੀ ਭਰੀ ਵੀ, ਕਿਵੇਂ ਮਿੱਟੀ ਭਾਰੀ ਹੁੰਦੀ ਹੈ ਨਾ? ਮਿੱਟੀ ਭਾਰੀ ਹੁੰਦੀ ਹੈ, ਕਣਕ ਨਾਲ ਦੁੱਗਣਾ ਵਜਨ ਹੁੰਦਾ। ਲਿਆਉਂਦੀ ਵੀ ਇਹ ਟਰਾਲੀ ਇੱਕ ਇੱਕ ਭਰ ਕੇ ਵਿੱਚੋਂ। ਠੀਕ ਹੈ, ਟਰਾਲੀ ਕੱਢਦੇ ਨੇ ਜਲੋ ਚਲਾ ਕੇ। ਠੀਕ ਹਾਂ। ਤੇ ਵਾਹਣ ਦੇ ਵਿੱਚ ਮਤਲਬ ਤੁਰਦਾ ਕਿੰਨਾ ਕਿ? ਵਾਹਣ ਦੇ ਵਿੱਚ ਪਹਿਲੇ ਗੇਅਰ 'ਚ ਕੰਮ ਕਰਦਾ, ਹੋਰ ਨਹੀਂ ਗੇਅਰ ਕੋਈ ਕੰਮ ਕਰਦਾ ਵਾਹਣ ਦੇ ਵਿੱਚ। ਨਹੀਂ, ਇਹਦਾ ਐਂ ਪਤਾ ਜਿਵੇਂ ਹੁਣ ਆਪਾਂ ਮਤਲਬ ਕਿੱਲਾ ਪੈਲੀ ਦਾ ਵਾਹੁੰਦੇ, ਕਿੱਲਾ ਇਹ ਕਿੰਨੇ ਕੁ ਟਾਈਮ 'ਚ ਵਾਹੁੰਦੇ? ਕਿੱਲਾ ਲਾ ਦਿੰਦਾ ਇਹ, 40-50 ਮਿੰਟ ਲਾ ਦਿੰਦਾ ਕਿੱਲੇ 'ਚ, ਹੌਲੀ ਤੁਰਦਾ ਕਰਕੇ। ਤੇ ਜਿਹੜਾ ਤੁਸੀਂ ਦੂਜਾ ਟਰੈਕਟਰ ਵੱਡਾ ਲੈ ਆਏ ਹੋ, ਉਹ ਉਹ ਤਾਂ 20 ਮਿੰਟਾਂ 'ਚ ਕਿੱਲੇ 'ਚ ਫਿਰ ਜਾਂਦਾ ਜੀ, ਇੰਨਾ ਫਰਕ ਹੈ? ਹੋਰ ਬਾਕੀ ਐ ਵੀ ਹੈ ਨਾ, ਹੁਣ 40 ਸਾਲ ਹੋ ਗਏ, 40 ਸਾਲਾਂ 'ਚ ਹੱਡੀਆਂ ਗਲ ਜਾਂਦੀਆਂ, ਤੀਜੀ ਪੀੜ੍ਹੀ ਆ ਜਾਂਦੀ ਹੈ। ਹਾਂ, ਉਸ ਹਿਸਾਬ ਨਾਲ ਤੁਹਾਡਾ ਰੱਖਿਆ ਵਾ, ਸੰਭਾਲ ਕੇ ਟਾਇਰ ਟੂਰ ਵਧੀਆ ਨਵੇਂ ਚਾੜ ਕੇ ਰੱਖਦੇ, ਤੇ ਓਰਿਜਨਲ ਰੱਖਿਆ ਵਾ ਨਿਸ਼ਾਨੀ। ਚਲੋ ਵਧੀਆ। ਇਹਦੀ ਲਿਫਟ ਭਲਾ ਕੰਟਰੋਲ ਹੈ? ਲਿਫਟ ਕੰਟਰੋਲ ਹੈ ਜੀ। ਅੱਛਾ ਹਾਂਜੀ, ਉਦੋਂ ਲਿਫਟ ਕੰਟਰੋਲ ਆਉਂਦੀ ਸੀ? ਕੰਟਰੋਲ ਹੈ, ਕਣਕ ਕੁਣ ਕੇ ਇਹਦੇ ਨਾਲ ਬੀਜੀ ਦੀ ਆ, 11 ਹਲ ਮਸ਼ੀਨ ਪਾ ਕੇ। ਅੱਛਾ, ਤੇ ਇਹਦੇ ਹਾਂਡੀਆਂ ਹੁੰਦੀਆਂ ਹੈ ਨਾ ਇੱਥੇ, ਮਤਲਬ ਉਹ ਸਿੱਧਾ ਐਕਸਲ ਨਹੀਂ ਹੁੰਦਾ ਇਹਦੇ, ਪਹਿਲਾਂ ਹਾਂਡੀਆਂ ਹੁੰਦੀਆਂ। ਤੂੰ ਟਰੈਕਟਰ ਮਤਲਬ ਤੁਹਾਡਾ ਸਿੱਧੇ ਐਕਸਲ ਆ, ਬਾਕੀ ਤਾਂ ਜਦੋਂ ਦਾ ਲਿਆਂਦਾ ਵਾ ਸਾਡਾ ਉਦੋਂ ਦਾ ਸੈਲਫ ਹੀ ਰੱਖਿਆ ਵਾ। ਠੀਕ ਹੈ, ਹਾਲਤ ਵਧੀਆ ਪਈ ਹੈ ਵੈਸੇ ਟਰੈਕਟਰ ਦੀ, ਹਾਲਤ ਵੱਲੀਓਂ ਵੇਖੀ ਤਾਂ ਨਾ ਐਂ ਤੁਹਾਡਾ ਆਮ। ਹੁਣ ਇੰਨਾ ਪੁਰਾਣਾ ਟਰੈਕਟਰ ਜੇ ਕੋਈ ਹੋਰ ਵੇਖੀ ਤਾਂ ਕੀ ਕਹਿਣਾ, ਕਿ ਇਹਦਾ ਬਾਹਲਾ ਸ਼ੌਂਕ ਨਾ ਰੱਖਿਆ ਹੋਵੇ, ਨਹੀਂ ਤਾਂ ਮਤਲਬ ਬਸ ਜੀ ਹੋਈ ਪਈ ਹੁੰਦੀ। ਚਲੋ ਠੀਕ ਹੈ ਜੀ, ਮਿਹਰਬਾਨੀ। ਓਕੇ ਜੀ।